ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੱਲੋਂ ਪਿੰਡਾਂ ਦੇ ਵਿੱਚ ਤੂਫਾਨੀ ਦੌਰੇ ਸ਼ੁਰੂ ਕਰ ਦਿੱਤੇ ਗਏ ਨੇ। ਇਹਨਾਂ ਦੇ ਨਾਲ ਬੰਗਾ ਵਿਧਾਨ ਸਭਾ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਹਰਜੋਤ ਲੋਟੀਆ, ਰੋਬੀ ਕੰਗ ਵੀ ਪੂਰੀ ਜੱਦੋਜਹਿਦ ਦੇ ਨਾਲ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ 2 ਸਾਲ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਬਾਰੇ ਜਾਗਰੂਕ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕਾਂ ਨੂੰ ਪਿੰਡਾਂ ਪਿੰਡਾਂ ਵਿੱਚ ਜਾ ਕੇ ਵੋਟਰਾਂ ਨੂੰ ਵੋਟਾਂ ਆਪਣੇ ਹੱਕ ਵਿੱਚ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ। ਦੇਖੋ, ਅੱਜ 1 ਮਹੀਨੇ ਤੋਂ 2 ਦਿਨ ਉੱਪਰ ਹੋ ਗਿਆ ਮੈਨੂੰ ਆਪਣੇ ਲੋਕ ਸਭਾ ਦੇ ਵੱਖ ਵੱਖ ਵਿਧਾਨ ਸਭਾ 'ਚ ਲੋਕਾਂ ਨਾਲ ਮਿਲਦੇ ਹੋਏ, ਕੰਪੇਨ ਕਰਦੇ ਹੋਏ, ਔਰ ਬੰਗਾ ਹਲਕੇ 'ਚ ਵੀ ਅੱਜ ਮੇਰਾ 4ਥਾ ਗੇੜਾ ਹੈ। ਜਿਸ ਤਰੀਕੇ ਨਾਲ ਮਾਨ ਸਾਹਿਬ ਦੀ 2 ਸਰਕਾਰ ਦੀਆਂ ਉਪਲਬਧੀਆਂ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਆ, ਨਾਲ ਸੰਤੁਸ਼ਟੀ ਹੈ। ਲੋਕ ਕਹਿੰਦੇ ਵੀ 2 ਸਾਲਾਂ 'ਚ ਅਗਰ ਮਾਨ ਸਾਹਿਬ ਨੇ ਇੰਨਾ ਕੁਛ ਕੀਤਾ ਹੈ, 42,000 ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਰਿਸ਼ਵਤ ਤੋਂ, ਬਿਨਾਂ ਸਿਫਾਰਸ਼ ਤੋਂ, ਖੇਤਾਂ ਨੂੰ ਨਹਿਰੀ ਪਾਣੀ ਦਿੱਤਾ ਜਾ ਰਿਹਾ, ਗੰਨੇ ਦਾ ਦੇਸ਼ ਸਭ ਤੋਂ ਵੱਧ ਰੇਟ ਹੈ, ਕਰਪਸ਼ਨ 'ਤੇ ਠੱਲ ਪਈ ਆ, ਬਿਜਲੀ 90% ਲੋਕਾਂ ਨੂੰ ਫ੍ਰੀ ਆ, ਮੋਟਰਾਂ ਵਾਲੀ ਬਿਜਲੀ ਨਿਰਵਿਘਨ ਕਿਸਾਨਾਂ ਨੂੰ ਦਿੱਤੀ ਹੈ, ਲੋਕ ਸੰਤੁਸ਼ਟ ਹੈ। ਔਰ ਲੋਕ ਚਾਹੁੰਦੇ ਆ ਵੀ ਤਾਨਾ ਸ਼ਾਹ ਜਿਹੜਾ ਮੋਦੀ ਸਾਹਿਬ ਬਣਦੇ ਜਾ ਰਿਹਾ, ਲੋਕਤੰਤਰ ਨੂੰ ਜਿਹੜੀ ਬਚਾਉਣ ਦੀ ਲੜਾਈ ਅਰਵਿੰਦ ਕੇਜਰੀਵਾਲ ਦੀ ਲੜ ਰਿਹਾ, ਉਸ ਲੜਾਈ ਨੂੰ ਅੱਗੇ ਵਧਾਉਣ 'ਚ ਲੋਕ ਸਭਾ ਦੀਆਂ 13 ਸੀਟਾਂ ਮਾਨ ਸਾਹਿਬ ਦੀ ਝੋਲੀ 'ਚ ਪਾਉਣੀਆਂ। ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਵੀ ਪੂਰਾ ਮਨ ਹੈ ਕਿ ਇਹ ਜਿਹੜੀ ਪਵਿੱਤਰ ਸੀਟ ਹੈ, ਇਹ ਇਸ ਸ਼੍ਰੀ ਅਨੰਦਪੁਰ ਸਾਹਿਬ ਦੀ ਇੱਥੋਂ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਦੇ ਕੇ ਜਿਤਾ ਕੇ ਲੋਕ ਸਭਾ 'ਚ ਭੇਜੀ। ਅਕਾਲੀ ਦਲ ਦੇ ਅੰਮ੍ਰਿਤਸਰ ਦੇ ਜਿਹੜੇ ਤਲਵੀਰ ਗਿੱਲ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲਿਆ। ਉਹਨਾਂ ਨੇ ਪ੍ਰੈਸ ਕੋਲ ਖੁਲਾਸਾ ਕੀਤਾ ਕਿ ਜਿਹੜੇ ਐਸਜੀਪੀਸੀ ਬੰਦੇ ਨੇ ਸਾਰੇ ਉਹ ਸਾਰੇ ਅਫੀਮ ਖਾਂਦੇ ਨੇ। ਡੀਐਨਏ ਟੈਸਟ ਤੁਸੀਂ ਇਹ ਛੱਡੋ, ਉਹ ਤੇ ਤਲਵੀਰ ਗਿੱਲ ਤੇ ਹੈਗਾ ਆ ਅੰਮ੍ਰਿਤਸਰ ਦਾ, ਇੱਕ ਸਾਡੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਲੀਡਰ ਹੈ ਮੋਹਾਲੀ ਦੀ ਮੇਰੇ ਲੋਕ ਸਭਾ 'ਚ, ਉਹਦਾ ਇੱਕ ਇੰਟਰਵਿਊ ਮੈਂ ਪਿਛਲੇ ਦਿਨਾਂ 'ਚ ਵੇਖਿਆ। ਜਿਹੜਾ ਅਕਾਲੀ ਦਲ ਬਾਦਲ ਦਾ ਕੈਂਡੀਡੇਟ ਹੈ ਅਨੰਦਪੁਰ ਸਾਹਿਬ ਤੋਂ, ਉਸ ਇੰਟਰਵਿਊ 'ਚੋਂ ਬੀਬੀ ਅਕਾਲੀ ਦਲ ਦੀ ਜੋ ਕਹਿ ਰਹੀ ਹੈ, ਗੁਰਦੁਆਰਿਆਂ 'ਚੋਂ ਲੰਗਰ ਕਿਸ ਤਰ੍ਹਾਂ ਇਹਨਾਂ ਦੇ ਘਰਾਂ ਨੂੰ ਜਾਂਦਾ ਹੈ, ਕਿਸ ਤਰੀਕੇ ਨਾਲ ਇਹ ਕੰਪੇਨ ਦੇ ਦੌਰਾਨ ਗੁਰੂ ਦੀ ਗੋਲਕ ਦੀ ਜਿਹੜੀ ਹੈ ਉਹ ਮਿਸਯੂਜ਼ ਕਰਦੇ ਆ, ਤਾਂ ਸਾਰੇ ਸਾਹਮਣੇ ਜਿਹੜੇ ਪਾਪ ਕੀਤੇ ਆ ਭਰਨੇ ਪੈਣਗੇ, ਰੱਬ ਦੇ ਘਰ ਦੇਰ ਹੈ। ਬੀਜੇਪੀ ਪੱਤਾ ਨਹੀਂ ਖੋਲਿਆ ਹਾਲੇ ਤੱਕ ਸ੍ਰੀ ਅਨੰਦਪੁਰ ਸਾਹਿਬ 'ਚ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪੱਤੇ ਹੈ ਕਿਹੜੇ ਪੰਜਾਬ 'ਚ ਨੂੰ ਜਿਹੜੇ ਖੋਲਣਗੇ? ਨਫ਼ਰਤ ਦੀ ਪੰਜਾਬ ਦੀ ਧਰਤੀ 'ਤੇ ਕੋਈ ਜਗ੍ਹਾ ਨਹੀਂ। ਉਹ BSP ਨੇ ਜਸਵੀਰ ਸਿੰਘ ਗੜੀ ਨੂੰ ਐਲਾਨ ਕੀਤਾ ਹੈ, ਕਿੰਨਾ ਫਰਕ ਪਊਗਾ ਆਪਾਂ? ਦੇਖੋ, ਜਸਵੀਰ ਸਿੰਘ ਗੜੀ ਦੇ ਬਾਰੇ ਮੈਨੂੰ ਤਾਂ ਹੁਣੇ ਪਤਾ ਲੱਗਿਆ ਹੈ, ਚਲੋ ਹਰੇਕ ਪਾਰਟੀ ਨੂੰ ਆਪਣਾ ਇਲੈਕਸ਼ਨ ਲੜਨ ਦਾ ਪੂਰਾ ਅਧਿਕਾਰ ਹੈ, ਹਰ ਪਾਰਟੀ ਲੜ ਸਕਦੀ ਹੈ। ਭਗਵੰਤ ਮਾਨ ਜੀ ਕਬਾਰੇ ਰੋਡ ਸ਼ੋਅ ਕਰਨ ਵਾਸਤੇ ਸੀ ਏਰੀਆ 'ਚ? ਦੇਖੋ, ਮਾਨ ਸਾਹਿਬ ਮੇਰੇ ਵਾਸਤੇ ਬੜੀ ਮੈਂ ਖੁਸ਼ਕਿਸਮਤ ਹੈ, ਮੈਨੂੰ ਹੁਣ ਤੱਕ ਮਾਨ ਸਾਹਿਬ ਦਾ 3 ਵਾਰ ਆਸ਼ੀਰਵਾਦ ਮਿਲਿਆ, ਪਹਿਲਾਂ ਉਹਨਾਂ ਦਾ ਰੋਪੜ 'ਚ ਮਿਲਿਆ, ਦੂਸਰੀ ਵਾਰ ਗੜਸ਼ੰਕਰ ਮਿਲਿਆ, ਫਿਰ ਭੂਰੀ ਵਾਲੇ ਮਹਾਂਪੁਰਸ਼ ਜਿਹੜੇ ਸੰਤ ਮਹਾਂਪੁਰਸ਼ ਬਲਾਚੌਰ ਜਿਹੜੇ ਸਾਡੇ ਕੋਜੇਵਾਲ, ਭੂਰੀ ਵਾਲੇ ਸੰਤਾਂ ਦੇ ਜਿਹੜਾ ਸਮਾਗਮ 'ਚ ਵੀ ਜਾਣ ਦਾ ਮੌਕਾ ਮਿਲਿਆ, ਉਦਣ ਵੀ CM ਸਾਹਿਬ ਦਾ ਆਸ਼ੀਰਵਾਦ ਮਿਲਿਆ, ਔਰ ਕੱਲ੍ਹ ਨੂੰ ਉਹ ਖਰੜ ਆ ਰਹੇ ਆ, ਉਹ ਵੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦਾ ਇੱਕ ਅਹਿਮ ਵਿਧਾਨ ਸਭਾ ਹੈ, ਔਰ ਜਲਦੀ ਹੀ ਬਾਕੀ ਜਿਹੜੇ ਏਰੀਏ ਰਹਿ ਗਏ ਉੱਥੇ ਵੀ ਮਾਣਯੋਗ ਮੁੱਖ ਮੰਤਰੀ ਜੀ ਆਉਣਗੇ। ਕਾਂਗਰਸ ਜਿਹੜਾ ਵਿਰਿੰਦਰ ਸਿੰਗਲਾ ਨੇ, ਵਿਜੇਂਦਰ ਸਿੰਗਲਾ, ਉਹ ਸੰਗਰੂਰ ਤੇ, ਉਹ ਦੂਸਰੇ ਤੁਸੀਂ ਆਪੇ ਸਾਹਿਬ ਤੁਹਾਡੇ ਵਰਗੇ ਸੀਨੀਅਰ ਪੱਤਰਕਾਰਾਂ ਨੂੰ ਅਜੇ ਉਹਦਾ ਨਾਂ ਨਹੀਂ ਪਤਾ, ਤੇ ਕਾਂਗਰਸ ਦਾ ਹਾਲ ਕੀ ਉਹ ਤੁਹਾਨੂੰ ਆਪੇ ਹੀ ਪਤਾ, ਇਹਨਾਂ ਨੂੰ ਕੋਈ ਬੰਦਾ ਲੱਭਿਆ ਨਹੀਂ, ਉਹ ਵਿਚਾਰਾ ਲੱਭ ਲੁਭ ਕੇ ਲਿਆਏ ਆ, ਉਹਨੂੰ ਲੜਾ ਤਾ ਬਲੀ ਦਾ ਬੱਕਰਾ ਬਣਾਉਣ ਲਈ, ਇਹਨਾਂ ਦਾ ਕੁਛ ਨਹੀਂ ਵਟਿਆ। ਓਕੇ, ਥੈਂਕ ਯੂ। ਬਹੁਤ ਹੀ ਅਹਿਮ ਨਗਰ ਗੁਣਾਚੌਰ ਵਿਖੇ ਕਰਵਾਈ ਜਾ ਰਹੀ ਇਸ ਆਮ ਆਦਮੀ ਪਾਰਟੀ ਦੀ ਨੁੱਕੜ
ਚੋਣ ਮੀਟਿੰਗ ਨੂੰ ਰੈਲੀ ਬਣਾਉਣ ਦੇ ਲਈ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਾਂਗਾ ਔਰ ਮੇਰੇ ਨਾਲ ਇਸ ਮੀਟਿੰਗ ਵਿੱਚ ਇਸ ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਮੰਚ 'ਤੇ ਬਿਰਾਜਮਾਨ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਦੇ ਉਮੀਦਵਾਰ ਮੇਰੇ ਵੱਡੇ ਵੀਰ ਸਰਦਾਰ ਬਲਵਿੰਦਰ ਸਿੰਘ ਕੰਗ ਜੀ ਉਹਨਾਂ ਦੇ ਨਾਲ ਬਿਰਾਜਮਾਨ ਆਮ ਆਦਮੀ ਪਾਰਟੀ ਦੀ ਦਰਜਾ ਬਦਰਜਾ ਸਮੂਹ ਸੀਨੀਅਰ ਲੀਡਰਸ਼ਿਪ ਉੱਤੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗੱਲਾਂ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਜੋ ਤੁਸੀਂ ਗਰਮੀ ਵਿੱਚ ਔਰ ਮੰਡੀ ਦਾ ਸੀਜ਼ਨ ਚੱਲ ਰਿਹਾ ਕੰਮ ਦੇ ਦਿਨ ਹਨ ਸਾਰੇ ਤੁਸੀਂ ਲੰਮਾ ਸਮਾਂ ਸਾਡੇ ਆਉਣ ਦੀ ਇੱਥੇ ਵੇਟ ਕੀਤੀ ਔਰ ਕੰਗ ਸਾਹਿਬ ਦੇ ਵਿਚਾਰ ਸੁਣਨ ਦੇ ਲਈ ਤੁਸੀਂ ਸਾਰੇ ਬਿਰਾਜਮਾਨ ਹੋ ਸੋ ਮੈਂ ਜ਼ਿਆਦਾ ਭਾਸ਼ਣਬਾਜ਼ੀ ਨਹੀਂ ਕਰਨੀ ਟਾਈਮ ਪਹਿਲਾਂ ਹੀ ਕਾਫੀ ਹੋ ਗਿਆ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਮੈਨੂੰ ਤੁਸੀਂ ਨਿੱਜੀ ਤੌਰ 'ਤੇ ਸਾਰੇ ਹੀ ਜਾਣਦੇ ਹੋ ਸਾਰੇ ਮੇਰੇ ਸਤਿਕਾਰਯੋਗ ਮੇਰੇ ਤੋਂ ਸੀਨੀਅਰ ਜਿਨ੍ਹਾਂ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਈ ਕੁਛ ਸਿੱਖਿਆ ਉਹ ਸਾਰੀਆਂ ਸ਼ਖਸੀਅਤਾਂ ਇੱਥੇ ਹਾਜ਼ਰ ਹਨ ਬੀਬੀਆਂ ਭੈਣਾਂ ਬੈਠੀਆਂ ਸਾਡੀਆਂ ਮਹਿਲਾ ਬੀਬੀਆਂ ਸਾਡੀਆਂ ਭੈਣਾਂ ਬੈਠੀਆਂ ਹੈਗੀਆਂ ਉਹ ਸਾਰੇ ਤੁਸੀਂ ਮੇਰੇ ਤੋਂ ਬਾਗਵਾ ਔਰ ਜੋ ਗੱਲ ਕਰਨੀ ਹੈ ਉਹ ਬਸ ਆਪਾਂ ਗੱਲ ਇੰਨੀ ਕਰਨੀ ਹੈ ਕਿ ਜਿਹੜਾ ਆਪਾਂ 70 ਸਾਲ ਜਾਂ 72 ਸਾਲ ਦਾ ਜਿਵੇਂ ਪੁਰਾਣੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਔਰ ਜੋ ਤੁਹਾਡੀ ਆਪਣੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਜੋ ਅਗਵਾਈ ਦੇ ਵਿੱਚ 2022 ਵਿੱਚ ਤੁਸੀਂ ਬਣਾਈ ਉਹਦੇ ਆਪਾਂ ਲਗਭਗ 2 ਸਾਲ ਦੇ ਕੰਮ ਗਿਣ ਲਈਏ ਤਾਂ ਉਸ ਤੋਂ ਹੀ ਸਰਕਾਰਾਂ ਦੇ ਕੰਮ ਕਰਨ ਦੇ ਤਰੀਕੇ ਔਰ ਨੀਅਤ ਦਾ ਪਤਾ ਚੱਲਦਾ ਹੈ ਭਾਵੇਂ ਜਿੰਨੀਆਂ ਗਰੰਟੀਆਂ ਦਿੱਤੀਆਂ ਸਨ 4 ਗਰੰਟੀਆਂ ਦਿੱਤੀਆਂ ਸੀ ਪਹਿਲੀ ਗਰੰਟੀ ਬਿਜਲੀ ਦੀ ਗਰੰਟੀ ਉਹ ਪਹਿਲੇ 6 ਮਹੀਨਿਆਂ ਵਿੱਚ ਪੂਰੀ ਕੀਤੀ ਔਰ ਅੱਜ ਮੇਰਾ ਖਿਆਲ ਜਿੰਨੇ ਪਰਿਵਾਰ ਬੈਠੇ ਹੋਣਗੇ ਜਾਤ ਪਾਤ ਤੋਂ ਉੱਪਰ ਉੱਠ ਕੇ ਪਹਿਲੀ ਵਾਰ ਕਿਸੇ ਸਰਕਾਰ ਨੇ ਦੇਸ਼ ਦੇ ਵਿੱਚ ਕਿਸੇ ਰਾਜ ਦੀ ਸਰਕਾਰ ਨੇ ਜਾਂ ਸੈਂਟਰ ਦੀ ਸਰਕਾਰ ਨੇ ਜਾਤ ਪਾਤ ਤੋਂ ਉੱਪਰ ਗਰੀਬੀ ਨੀਤੀ ਤੋਂ ਉੱਪਰ ਉੱਠ ਕੇ ਇਹ ਪੋਲਿਸੀ ਲਾਗੂ ਕੀਤੀ ਪੰਜਾਬ ਦੇ ਵਿੱਚ ਦੂਸਰੀ ਜੋ ਸਾਡੇ ਅਹਿਮ ਕੜੀ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹਨਾਂ ਜਿਸ ਦੇ ਨਾਲ ਬਣੀਆਂ ਹਨ ਸਾਡੇ ਬਜ਼ੁਰਗਾਂ ਦਾ ਜਿਸ ਨਾਲ ਖਿਆਲ ਰੱਖਣਾ 2 ਸਾਡੀਆਂ ਅਹਿਮ ਗਰੰਟੀਆਂ ਹੈਲਥ ਅਤੇ ਐਜੂਕੇਸ਼ਨ ਪਹਿਲੇ ਸਾਰੇ ਕੰਮ ਸਟਾਰਟ ਕਰਕੇ ਮਹਿਲਾ ਕਲੀਨਿਕ ਬਣਾਉਣੇ ਸ਼ੁਰੂ ਕੀਤੇ ਹਾਲੇ 800 ਤੋਂ ਉੱਪਰ ਬਣੇ ਆ ਪੰਜਾਬ ਦੇ ਵਿੱਚ ਬੰਗੇ ਵਿੱਚ ਵੀ 14 ਬਣ ਗਏ ਔਰ ਸਕੂਲ ਆਫ ਹੈਵੀਨੈਸ ਬਣਾਉਣੇ ਸ਼ੁਰੂ ਕੀਤੇ ਭਾਵੇਂ 16 ਬਣੇ ਆ ਪੰਜਾਬ ਦੇ ਵਿੱਚ 2.5 ਸਾਲ ਦੇ ਵਿੱਚ ਕਿ 2.5 ਸਾਲ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ 6 ਮਹੀਨੇ ਤਾਂ ਲਗਭਗ ਜਾਂ 4-5 ਮਹੀਨੇ ਤਾਂ ਸਿਸਟਮ ਨੂੰ ਸਮਝਣ ਦੇ ਵਿੱਚ ਹੀ ਲੱਗ ਜਾਂਦੇ ਆ ਕਿ 1.5 ਸਾਲ ਦੇ ਵਿੱਚ ਲਗਭਗ ਕੰਮ ਸਾਰੇ ਹੋਏ ਆ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਚੌਥੀ ਗਰਾਂਟੀ ਬੀਬੀਆਂ ਮੇਰੇ ਵੱਲ ਦੇਖ ਰਹੀਆਂ ਕਾਫੀ ਵੱਡੀ ਤਾਦਾਦ 'ਚ ਹਾਜ਼ਰ ਹਨ ਸਾਡੀਆਂ ਭੈਣਾਂ ਮਾਵਾਂ ਜਿਹੜੀ ਚੌਥੀ ਗਰੰਟੀ ਮਹਿਲਾ ਗਰੰਟੀ ਦਿੱਤੀ ਗਈ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਉਸਦੀ ਵੀ ਪਾਲਿਸੀ ਤਿਆਰ ਹੋ ਚੁੱਕੀ ਹੈ ਉਹ ਵੀ ਇਲੈਕਸ਼ਨ ਬੋਰਡ ਦਖਲ ਕਰਕੇ ਰਹਿ ਗਿਆ ਔਰ ਹਲੇ 3 ਸਾਲ ਤੁਹਾਡੀ ਆਪਣੀ ਸਰਕਾਰ ਦੇ ਰਹਿੰਦੇ ਹਨ ਉਹ ਜਦੋਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੋਲ ਦੁਬਾਰਾ ਫਿਰ ਬੂਟਾ ਮੰਗਣ ਕਿਸੇ ਵੀ ਸਮੇਂ ਆਵਾਂਗੇ ਉਹ ਗਰੰਟੀ ਦੇ ਕੇ ਆਵਾਂਗੇ ਇਸ ਗੱਲ ਦਾ ਮੈਂ ਅੱਜ ਇਸ ਮੰਚ ਤੋਂ ਤੁਹਾਨੂੰ ਵਿਸ਼ਵਾਸ ਕਰਾਂ ਉਹਨੇ ਇੱਥੋਂ ਵੋਟਾਂ ਮੰਗ ਲਈਆਂ ਸੀ ਵੀ ਮੈਂ ਅਨੰਦਪੁਰ ਸਾਹਿਬ ਨੂੰ ਬੰਗਿਆਂ ਤੋਂ 4 ਲੇਨ ਬਣਾਵਾਂਗਾ ਉਹ 4 ਲੇਨ ਤਾਂ ਕੀ ਬਣਾਉਣੀ ਆ ਉਹਦੇ ਖੱਡੇ ਵੀ ਨਹੀਂ ਪੂਰੇ ਹੋਏ ਉਹਦੇ ਕੋਲੋਂ ਅਤੇ ਹੁਣ ਅੱਜ ਇੱਥੇ ਰੋਡ ਸ਼ੋਅ ਵੀ ਕੱਢਦੇ ਗਏ ਆ ਉਹ ਐਵੇਂ ਮੇਰਾ ਖਿਆਲ ਮਸਾ ਥੋੜ੍ਹੇ ਜਿਹੇ ਬੰਦੇ ਸੀਗੇ ਇੰਨੇ ਕੁ ਬੰਦਿਆਂ ਨਾਲ ਉਹ ਰੋਡ ਸ਼ੋਅ ਕੀਤਾ ਉਹਨਾਂ ਨੇ ਅੱਜ ਇੰਨੇ ਕੁ ਤੁਸੀਂ ਵੀ ਮਾਲਵਿੰਦਰ ਸਿੰਘ ਜੀ ਨੂੰ ਜੋ
ਭਗਵੰਤ ਮਾਨ ਜੀ ਨੇ, ਕੇਜਰੀਵਾਲ ਸਾਹਿਬ ਜੀ ਨੇ ਕਹੀ ਹੈ। 2 ਸਾਲ ਹੋਏ ਆ, 2 ਸਾਲ ਦੇ ਵਿੱਚ ਨੌਕਰੀਆਂ ਦੇਖੋ, ਅੱਜ ਤੁਸੀਂ ਇਹ ਦੇਖੋ ਵੀ ਕਦੇ ਗਰੀਬ ਦੇ ਮਜ਼ਦੂਰ ਦੇ ਬੱਚੇ ਨੂੰ ਨੌਕਰੀ ਮਿਲਦੀ ਸੀ, ਅੱਜ ਮਜ਼ਦੂਰ ਦੇ ਰਿਕਸ਼ਾ ਚਲਾਉਣ ਵਾਲੇ ਦੇ ਬੱਚੇ ਨੂੰ ਨੌਕਰੀਆਂ ਮਿਲ ਗਈਆਂ। ਅੱਗੇ ਜਿਹੜੀ ਧਨਾਟ ਲੋਕਾਂ ਦੇ ਬੱਚਿਆਂ ਨੂੰ ਨੌਕਰੀਆਂ, ਤੁਹਾਨੂੰ ਮੈਰਿਟ ਦੇ ਆਧਾਰ ਤੇ ਮਿਲ ਰਹੀਆਂ, ਤੇ ਸਾਡੇ ਜਿਹੜੇ ਬੱਚੇ ਆ ਹੁਣ ਬਾਹਰ ਜਾਣਾ ਉਹ ਥੋੜਾ ਜਿਹਾ ਘੱਟ ਗਏ ਆ, ਕਿਉਂਕਿ ਉਹ ਸੋਚਦੇ ਵੀ ਸਾਨੂੰ ਨੌਕਰੀਆਂ ਹੁਣ ਇੱਥੇ ਮਿਲ ਰਹੀਆਂ ਨੇ। ਬਾਕੀ ਕਿਸਾਨਾਂ ਦੇ ਲਈ ਗੰਨੇ ਦਾ ਪੈਸਾ ਅੱਗੇ 2-2 ਸਾਲ ਨਹੀਂ ਸੀ ਆਉਂਦਾ, ਉਹ ਸਾਨੂੰ ਜਿਹੜਾ ਹਰ ਸਾਲ ਮਤਲਬ ਜੂਨ ਜੁਲਾਈ ਦੇ ਵਿੱਚ ਸਾਨੂੰ ਜਾਂ ਵੱਧ ਤੋਂ ਵੱਧ ਜੂਨ ਦੇ ਵਿੱਚ ਜਾਂ ਮਈ ਦੇ ਵਿੱਚ ਸਾਨੂੰ ਗੰਨੇ ਦਾ ਟੋਟਲ ਪੈਸਾ ਆ ਜਾਂਦਾ। ਹੋਰ ਕਿਸਾਨਾਂ ਨੂੰ ਕੀ ਚਾਹੀਦਾ? ਬਾਕੀ ਬੀਜ ਵਿਰੋਧੀਆਂ ਨੇ ਕੀ ਰੌਲਾ ਪਾਇਆ ਵੀ ਜੇ ਜ਼ਿਆਦਾ ਬੀਜ ਨਹੀਂ ਦਿੰਦੇ ਆ ਤਾਂ ਥੱਲੇ ਦਾ ਪਾਣੀ ਘਟਣਾ, ਤੋਂ ਲੋਕੀ ਨੱਕਾ ਵੱਢ ਕੇ ਘਰਾਂ ਨੂੰ ਆ ਜਾਂਦੇ ਸੀ, ਕਦੇ ਕਿਸਾਨਾਂ 'ਚ ਪੈ ਗਿਆ, ਕਦੇ ਕਿਤੇ ਪੈ ਗਿਆ। ਹੁਣ ਅਗਲਾ ਦਿਨੇ ਜਾਂਦਾ ਪਾਣੀ ਆਪਣਾ ਲਾ ਕੇ ਫਿਰ ਬਹੁਤ ਵਧੀਆ ਧਿਆਨ ਦੇ ਨਾਲ ਲਾਉਂਦਾ, ਤੇ ਉਹਨੂੰ ਪਤਾ ਆ ਵੀ ਬਿਜਲੀ ਆ ਜਾਣੀ ਆ। ਤੇ ਬਾਕੀ ਤੁਸੀਂ ਇਹ ਦੇਖਿਆ 600 ਜੂਨ ਸਾਰੇ ਲੋਕਾਂ ਦੇ ਮਾਫ਼ ਨੇ।